ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਸ ਸਮੇਂ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਮੰਜੀ ਸਾਹਿਬ, ਮਾਤਾ ਰਾਜ ਕੌਰ ਮਣੀ ਮਾਜਰਾ, ਚੰਡੀਗੜ੍ਹ। ਚੰਡੀਗੜ੍ਹ ਦੇ ਵਿੱਚ ਪਾਸੇ ਪੰਚਕੁਲਾ ਸੈਕਟਰ ਦੇ ਵਿੱਚ ਪੈਂਦਾ ਜੀ, ਮਣੀ ਮਾਜਰੇ ਦੇ ਵਿੱਚ ਗੁਰਦੁਆਰਾ ਮਾਤਾ ਰਾਜ ਕੌਰ ਜੀ ਦਾ। ਇਹ ਮਾਤਾ ਰਾਜ ਕੌਰ ਕੌਣ ਸੀ ਅਤੇ ਇਹਦੇ ਬਾਰੇ ਜਾਣਨ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹਿਣਾ, ਸਾਰੀ ਵੀਡੀਓ ਦੇਖਣੀ। ਉਹ ਦਸਵੇਂ ਪਾਤਸ਼ਾਹ ਨਾਲ ਮਿਲਾਪ ਹੁੰਦਾ, ਉਹ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਜੀ। ਆਓ ਹੁਣ ਚੱਲਦੇ ਹਾਂ ਆਪਾਂ, ਅਤੇ ਨਾਲ ਨਾਲ ਇਤਿਹਾਸ ਦੀ ਗੱਲ ਕਰਦੇ ਹਾਂ ਜੀ। ਇਹ ਚੰਡੀਗੜ੍ਹ ਦੇ ਵਿੱਚ ਬਣਿਆ ਹੋਇਆ ਜੀ ਮਣੀ ਮਾਜਰਾ। ਅਤੇ ਮਾਤਾ ਰਾਜ ਕੌਰ, ਰਾਜ ਕੌਰ ਹਰ ਰਾਏ ਜੀ ਦੀ ਨੂੰਹ ਸੀਗੀ ਜੀ, ਅਤੇ ਬਾਬਾ ਰਾਮ ਰਾਏ ਸੀ ਅਤੇ ਉਹਨਾਂ ਦੀ ਧਰਮ ਪਤਨੀ ਸੀ ਜੀ ਰਾਮ ਰਾਏ ਜੀ ਦੀ। ਅਤੇ ਬਾਬਾ ਰਾਮ ਰਾਏ ਜੀ ਨੇ ਜਦੋਂ ਬਾਣੀ ਦੀ ਤੁੱਕ ਬਦਲੀ ਸੀਗੀ ਤਾਂ ਉਸ ਸਮੇਂ ਮਾਤਾ ਜੀ, ਇਤਿਹਾਸ ਦੇ ਜੋ ਇੱਥੇ ਲਿਖਿਆ ਉਹਦੇ ਮੁਤਾਬਕ ਕਹਿੰਦੇ ਵੀ ਮਾਤਾ ਉਹਨਾਂ ਨੂੰ ਰਾਮ ਰਾਏ ਜੀ ਨੂੰ ਛੱਡ ਕੇ ਇੱਥੇ ਆ ਗਏ ਸੀ ਜੀ, ਦੇਹਰਾਦੂਨ ਸੀਗੇ ਜੀ। ਪਹਿਲਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦਿਖਾਇਆ ਵੀ ਹੈ ਬਾਬਾ ਰਾਮ ਰਾਏ ਜੀ ਦਾ ਸਥਾਨ। ਅਤੇ ਉਸੇ ਤਰੀਕੇ ਦੇ ਨਾਲ ਜਦੋਂ ਇੱਥੇ ਮਾਤਾ ਛੱਡ ਕੇ ਆ ਜਾਂਦੇ ਹਨ ਅਤੇ ਪਹਿਲਾਂ ਇੱਕ ਸੁਹਾੜਾ ਰਾਤ ਕਰਦੇ ਹਨ ਜੀ, ਸੁਹਾੜਾ ਪਿੰਡ ਹੈ ਜੀ, ਅਤੇ ਉਸ ਤੋਂ ਬਾਅਦ ਇੱਥੇ ਆਉਂਦੇ ਹਨ ਜੀ। ਇੱਥੇ ਆ ਕੇ ਸਾਰੀ ਜ਼ਿੰਦਗੀ ਇਸ ਜਗ੍ਹਾ 'ਤੇ ਬਤੀਤ ਕਰਦੇ ਹਨ ਜੀ। ਭਗਤੀ ਭਾਵਨਾ ਦੇ ਵਿੱਚ ਜੁੜੇ ਰਹਿੰਦੇ ਹਨ ਅਤੇ ਰਾਮ ਰਾਏ ਜੀ ਤੋਂ ਛੱਡ ਕੇ ਦੇਹਰਾਦੂਨ ਤੋਂ ਇੱਥੇ ਆਏ ਸਨ ਜੀ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜੋ ਭੰਗਾਣੀ ਦੀ ਜੰਗ ਸਮੇਂ ਉਹ ਵੀ ਇੱਥੇ ਗੁਰੂ ਸਾਹਿਬ ਨਾਲ ਮਿਲਾਪ ਹੋਇਆ ਸੀ, ਤੁਹਾਨੂੰ ਉਹਦੇ ਬਾਰੇ ਦੱਸਾਂਗੇ ਜੀ। ਅਤੇ ਪਹਿਲਾਂ ਦਰਸ਼ਨ ਕਰਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਭੰਗਾਣੀ ਦੀ ਜੰਗ ਸਮੇਂ ਗੁਰੂ ਸਾਹਿਬ ਇੱਥੇ ਆਏ ਸਨ ਜੀ, ਅਤੇ ਪਰਿਵਾਰ ਦੇ ਵਿੱਚ ਵੀ ਸਨ ਗੁਰੂ ਸਾਹਿਬ ਦੇ, ਤਾਂ ਉਹਦੇ ਇਸੇ ਤਰੀਕੇ ਦੇ ਨਾਲ ਇੱਥੇ ਮਿਲਾਪ ਹੁੰਦਾ। ਤਾਂ ਉਹਨਾਂ ਨੂੰ ਜਿਵੇਂ ਮਸੰਦਾਂ ਦੇ ਲਈ ਸਾੜ ਕੇ ਆਏ ਸੀਗੇ ਤਾਂ ਉੱਥੋਂ ਬਾਅਦ ਇੱਥੇ ਆਏ ਸੀਗੇ ਜੀ। ਪੰਜਾਬ ਕੌਰ ਮਾਤਾ ਨੇ ਉੱਥੇ ਬੁਲਾਇਆ ਸੀ ਮਸੰਦਾਂ ਨੂੰ ਸਾੜਨ ਲਈ, ਮਸੰਦਾਂ ਤੋਂ ਸਾੜਨ ਤੋਂ ਬਾਅਦ ਇੱਥੇ ਆਏ ਸਨ ਜੀ ਗੁਰੂ ਸਾਹਿਬ। ਫਿਰ ਇੱਥੇ ਵੀ ਮਾਤਾ ਅੱਗੇ ਅਰਜੋਈ ਕੀਤੀ ਸੀ, ਜੋ ਕਿ ਤੁਹਾਨੂੰ ਕੁਛ ਵੀ ਦੁੱਖ ਤਕਲੀਫ ਹੋਵੇ ਤਾਂ ਸਾਨੂੰ ਦੱਸਣਾ ਜਾਂ ਸੁਨੇਹਾ ਭੇਜਣਾ, ਅਤੇ ਤੁਸੀਂ ਉਸੇ ਟਾਈਮ ਅਸੀਂ ਇੱਥੇ ਹਾਜ਼ਰ ਹੋਵਾਂਗੇ ਜੀ। ਅਤੇ ਇਸੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਦਾ ਇਹ ਚਰਨ ਛੋਹ ਸਥਾਨ ਹੈ ਜੀ, ਅਤੇ ਇਹ ਜਿਹੜਾ ਗੁਰਦੁਆਰਾ ਬਣਿਆ ਹੋਇਆ ਜੀ ਮਾਤਾ ਰਾਜ ਕੌਰ ਦੇ ਨਾਮ 'ਤੇ ਹੈਗਾ ਜੀ ਇਹ ਚੰਡੀਗੜ੍ਹ ਮਣੀ ਮਾਜਰਾ, ਇਹਦੇ ਵਿੱਚ ਹੈ ਜੀ ਸਥਾਨ। ਆਓ ਤੁਹਾਨੂੰ ਜਿੱਥੇ ਮਾਤਾ ਜੀ ਤਪ ਕੀਤੇ ਜੀ ਇਹਨਾਂ ਨੇ ਉਹਦੇ ਵੀ ਸਥਾਨ ਦੇ ਦਰਸ਼ਨ ਕਰਾਉਣੇ ਹਾਂ ਜੀ। ਇਹ ਸੀ ਜੀ ਮਾਤਾ ਰਾਜ ਕੌਰ, ਜਿੱਥੇ ਨਾਮ ਸਿਮਰਨ ਦਾ
ਤੇ ਅਕਾਲ ਪੁਰਖ ਨਾਲ ਜੁੜਨ ਦੀ ਗੱਲ ਹੈ ਜੀ। ਤੇ ਉਹ ਇਸ ਜਗ੍ਹਾ ਤੇ ਉੱਥੇ ਆਪਾਂ ਬੋਲੇ ਤਾਂ ਨਹੀਂ ਜੀ, ਤੁਸੀਂ ਦੇਖ ਸਕਦੇ ਹੋ ਸ਼ਾਂਤੀ ਸੀ ਬਹੁਤ ਜ਼ਿਆਦਾ। ਆਪਾਂ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦੇ ਤੇ ਉੱਥੇ ਨਾਮ ਸਿਮਰਨ ਦਾ ਚੱਲਦਾ ਜੀ, ਤੇ ਬਹੁਤ ਜ਼ਿਆਦਾ ਸ਼ਾਂਤੀ ਸੀਗੀ, ਉਸੇ ਕਰਕੇ ਆਪਾਂ ਇੱਥੇ ਬੋਲਣਾ ਮੁਨਾਸਿਬ ਨਹੀਂ ਸਮਝਿਆ ਜੀ। ਤੇ ਇਹ ਹੈ ਜੀ ਮਾਤਾ ਰਾਜ ਕੌਰ ਦਾ ਤਪ ਸਥਾਨ, ਤੁਸੀਂ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚ ਸਕਦੇ ਹੋ ਮਣੀ ਮਾਜਰਾ ਚੰਡੀਗੜ੍ਹ ਦੇ ਵਿੱਚ। ਅਤੇ ਗੁਰੂ ਦਸਵੇਂ ਪਾਤਸ਼ਾਹ ਦੀ ਇਹ ਚਰਨ ਛੋਹ ਸਥਾਨ ਹੈ ਜੀ। ਅਤੇ ਮਾਤਾ ਰਾਜ ਕੌਰ ਇਹ ਜੋ ਹਰ ਰਾਏ ਜੀ ਦੀ ਨੌਂਹ ਸੀਗੀ ਜੀ ਗੁਰੂ ਸਾਹਿਬ ਦੀ, ਅਤੇ ਬਾਬਾ ਰਾਮ ਰਾਏ ਦੀ ਧਰਮ ਪਤਨੀ ਸੀਗੀ, ਜੋ ਇੱਥੇ ਆ ਕੇ ਗੁਰੂ ਸਾਹਿਬ ਤੋਂ ਬਾਬਾ ਰਾਮ ਰਾਏ ਤੋਂ ਨਾਰਾਜ਼ ਹੋ ਕੇ ਇੱਥੇ ਆ ਕੇ ਰਹਿਣ ਲੱਗੀ ਸੀਗੀ ਜੀ। ਅਤੇ ਜਿਹੜਾ ਆਖਰੀ ਸਮਾਂ ਉਹ ਵੀ ਇੱਥੇ ਬਿਤਾਇਆ ਜੀ ਉਹਨਾਂ ਦਾ, ਦੇਹਰਾ ਸਾਹਿਬ ਉਹ ਵੀ ਪਿਛਲੀ ਸਾਈਡ 'ਤੇ ਹੈਗਾ ਜੀ। ਅਤੇ ਇਹ ਸਾਨੂੰ ਦਰਸ਼ਨ ਕਰਾਏ ਜੀ ਗੁਰਦੁਆਰਾ ਰਾਜ ਕੌਰ ਦਸਵੇਂ ਪਾਤਸ਼ਾਹੀ ਦੀ ਚਰਨ ਛੋਹ ਸਥਾਨ। ਇੱਥੇ ਦਸਵੇਂ ਪਾਤਸ਼ਾਹ ਵੀ ਆਏ ਸਨ, ਤੁਸੀਂ ਆ ਕੇ ਇੱਥੇ ਦਰਸ਼ਨ ਕਰ ਸਕਦੇ ਹੋ। ਚੰਡੀਗੜ੍ਹ ਆਓ ਤਾਂ ਤੁਸੀਂ ਇੱਥੇ ਮਣੀ ਮਾਜਰਾ ਦੇ ਵਿੱਚ ਥੋੜ੍ਹੀਆਂ ਭੀੜੀਆਂ ਗਲੀਆਂ ਦੇ ਵਿੱਚ ਵੀ ਲੋਕੇਸ਼ਨ ਲਾ ਸਕਦੇ ਹੋ ਮਾਤਾ ਰਾਜ ਕੌਰ, ਅਤੇ ਗੁਰਦੁਆਰਾ ਹੈਗੇ ਜੀ, ਇੱਥੇ ਆ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।